ਉਹਦੀ ਚੱਕੀ ਚੱਲਦੀ ਥੋੜੀ ਚਰੋਲੀ ਹੈ ਪਰ ਟੀਕੀ ਬਹੁਤ ਤਰੀਕ ਹੈ। ਆ ਸਜਾ ਹੀ ਹੈ ਸੁਖਬੀਰ ਬਾਦਲ ਨੂੰ ਜਿਹੜਾ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਉਹ 10 ਟਿਕਟਾਂ ਦੇਣ ਵਾਸਤੇ ਬੰਦੇ ਨਹੀਂ ਥੇ। ਤਿੰਨ ਤਾਂ ਭਾਜਪਾ ਲੜ ਰਹੀ ਹੈ ਪਿਛਲੇ ਦੋ ਮਹੀਨਿਆਂ ਤੋਂ ਸੁਖਬੀਰ ਬਾਦਲ ਆਪਦੀ ਗੱਡੀ ਚ 10 ਟਿਕਟਾਂ ਰੱਖ ਕੇ ਪੰਜਾਬ ਦੀਆਂ ਸੜਕਾਂ ਤੇ ਸਬਜ਼ੀਆਂ ਵਾਂਗੂ ਮੌਕਾ ਦਿੰਦਾ ਪਤਾ ਕੋਈ ਅਕਾਲੀ ਦਲ ਦੀ ਟਿਕਟ ਲੈ ਲਓ ਚਰੇਦਾਰ ਮੁੰਡੇ ਬੰਦ ਕਰ ਲੈਂਦੇ ਸੀ ਕਿਤੇ ਕਿਤੇ ਅਖਬਾਰ ਵਾਂਗੂ ਉਧਾਰ ਕੇ ਨਾ ਮਾਰੇ ਯਾਰ ਇਹਦਾ ਘਰ ਦੇ ਅੰਦਰ ਕਰੇ ਕਤੂਤਾ ਇਹਨਾਂ ਦੀਆਂ ਨੇ ਗਾਣਾ ਸਾਨੂੰ ਪੈ ਗਿਆ ਖਿੱਲਾ ਖਾਨ ਨੂੰ ਮਾਨਰੀ ਬੰਦੇ ਖਾਨ ਨੂੰ ਰਿਛ ਪੱਜੇ ਦੀ ਸਿਰੇ ਕਿਹਾ ਨਾ ਬਵਿੰਦਰ ਉਹ ਕਹਿੰਦਾ ਮੈਂ ਨਹੀਂ ਲੜਦਾ ਬੇਟਾ ਤੂੰ ਕਿਹਨਾਂ ਲੜੀ ਹੋਏ ਬੱਦਲ ਬਾਈ ਠੀਕ ਕਹਿੰਦੀ ਹੈ ਕਿ ਲੜੇ ਮੈਂ ਦੇ ਰਹਿਣ ਦੇ ਆਪਾਂ ਵੀ ਅੱਜ ਕੀ ਜਵਾਬ ਦੇਵਾਂਗੇ ਉਹ ਬਹਾਦਰ ਦੇ ਮੁੰਡੇ ਨੇ ਭਰ ਭਰ ਕੇ ਪੰਪ ਬੰਦੇ ਦੇ ਵੀਰ ਸੇ ਨੂੰ ਇੱਕ ਦੇ ਦੇ ਕਹਿੰਦਾ ਬੁੜੇ ਦੀ ਗੱਲ ਮੈਂ ਕਰਦੇ ਮੈਂ ਕਿਹਾ ਤੇਰੇ ਮਾਤਾ ਤੂੰ ਕਿਹਨਾਂ ਬਣਾਉਂ ਤਾਂ ਨਹੀਂ ਕਰਾ ਸੀ ਉਹਦੇ ਕਰੇ ਓਕੇ ਬੰਦੇ ਉਹ ਸਿਆਣੇ ਕਹਿੰਦੇ ਨਾ ਨਾ ਉਸੋਂ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨੇ ਆਉਣ ਸਾਰੀ ਸੱਚ ਬੋਲਤਾ ਪਹਿਲੇ ਵੇਲੇ ਚ ਬੜਾ ਜਿਹਾ ਮੈਂ ਚੁਆਉਣ ਲੱਗ ਗਿਆ ਕੀ ਹੋ ਗਿਆ ਕੇਵਲ ਤੇ ਮੈਨੂੰ ਕਹਿੰਦੇ ਬਰਨਾਲੇ ਤੋਂ ਰੋਡ ਸ਼ੋਅ ਸ਼ੁਰੂ ਕਰਨਾ ਸੀ ਪਹਿਲੇ ਗਿਆ ਬੋਲੇ ਨਾ ਕਾਂਗਰਸ ਨੂੰ ਵੋਟਾਂ ਪਾ ਕਹਿੰਦੇ ਵੋਟਾਂ ਚੁਆ ਨਾ ਕਰ ਲਿਓ ਕਾਂਗਰਸ ਸੱਤਾ ਚਾਉਣਾ ਲੈ ਬੋਲੇ ਫਿਰ ਹੁੰਦਾ ਹੈ ਗੱਲ ਕਹਿੰਦੇ ਨੇ ਮਹਾਤਮਾ ਦਾ ਹੱਕ ਆ ਇੱਧਰ ਹੀ ਕਹਿੰਦਾ ਵੀ ਮਹਾਤਮਾ ਦੀ ਜੀਭ ਹੈ ਜੀਭ ਤਾਂ ਹੁੰਦੀ ਹੋਈ ਹੈ ਇੱਕ ਹੋਰ ਰਾਜੇ ਬੜਿੰਗਾ ਰਾਜੇ ਬੜਿੰਗਾ ਜਿਹੜਾ ਮੇਲੇ ਲੜ ਰਿਹਾ ਪ੍ਰੋ ਐਮਪੀ ਬਠਿੰਡੇ ਤੋਂ ਐਮਐਲਏ ਤੁਸੀਂ ਬਾਤ ਕਿਦਣ ਬਾਰੇ ਉਹਨੇ ਤਾਂ ਆਪਣੇ ਹੱਕ ਚ ਜੇ ਦਾ ਬਿਆਨ ਬੋਲਾ ਬੰਦਾ ਆ ਸੁਣ ਲਿਓ ਬਜ਼ੁਰਗੋ ਬਠਿੰਡੇ ਵਾਲਾ ਜਿਹੜਾ ਕਾਂਗਰਸ ਵਾਲਾ ਉਹ ਆਪਾਂ ਨੂੰ ਕੀ ਸਹੂਲਤਾਂ ਦੇ ਰਿਹਾ ਹੈ ਉਹ ਕਹਿੰਦਾ ਕਾਂਗਰਸ ਨੂੰ ਵੋਟਾਂ ਪਾ ਸ਼ਮਸ਼ਾਨ ਘਾਟ ਨੇ ਸ਼ਾਨਦਾਰ ਬਣਾ ਦੇਵਾਂਗੇ ਕਿ ਉਹਨਾਂ ਨੂੰ ਦੇਖ ਕੇ ਤੁਹਾਡਾ ਆਪੀ ਮਰ ਤੋਂ ਜੀ ਕਰਿਆ ਕਰੋ ਪਾ ਲਓ ਇਹ ਤਾਂ ਫੁੱਲ ਚੁੱਕ ਕੇ ਫਿਰਦੇ ਆਪਣੇ ਉਹ ਪਹਿਲੀ ਮਰੇ ਪਏ ਹੋਏ ਕਹਿਣਾ ਉਹਨੇ ਭਾਈ ਇਹ ਤਾਂ ਨਹੀਂ ਭਗਵੰਤ ਮਾਨ ਦੀ ਜੀਵ ਦੱਸੋ ਆ ਜੀ ਫਰਕ ਹੈ ਇਹ ਕਹਿੰਦੇ ਆ ਕਿ ਸਾਨੂੰ ਵੋਟਾਂ ਪਾਓ ਅਸੀਂ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦਾਂਗੇ ਕਿ ਤੁਹਾਡਾ ਆਪ ਮਰ ਤੋਂ ਜੀ ਕਰਿਆ ਕਰੋ ਅਸੀਂ ਕਹਿੰਦੇ ਹਾਂ ਕਿ ਸਾਨੂੰ ਅੱਗੇ ਲਾਓ ਅਸੀਂ ਸਰਕਾਰੀ ਸਕੂਲ ਇੰਨੇ ਸ਼ਾਨਦਾਰ ਬਣਾ ਦਾਂਗੇ ਕਿ ਤੁਹਾਡਾ ਆਪਸੀ ਪੜ੍ਹਨ ਨੂੰ ਜੀ ਕਰਿਆ ਕਰੋ ਆਹ ਬਾਤ ਇਹਨਾਂ ਨੂੰ ਪੜ੍ਹਾ ਲਈਏ ਇਹ ਅਫਸਰ ਬਣ ਜਾਣ ਇਹ ਘਰਾਂ ਦੀਆਂ ਗਰੀਬੀਆਂ ਚੱਕ ਸਕਦੇ ਬਾਈ ਕੋਈ ਤੁਹਾਨੂੰ ਮੋਦੀ ਵਾਲਾ 15 ਲੱਖ ਨਹੀਂ ਆਉਣਾ ਕੋਈ ਤੁਹਾਨੂੰ ਰਾਹੁਲ ਗਾਂਧੀ ਵਾਲਾ 70,000 ਨਹੀਂ ਆਉਣਾ ਕੋਈ 2500 ਰੁਪਏ ਆਪਣਾ ਪੈਨਸ਼ਨ ਨਹੀਂ ਆਉਣੀ ਉਹਦੇ ਨਾਲ ਗਰੀਬੀ ਨਹੀਂ ਚੱਕੀ ਜਾਣੀ ਇਹਨਾਂ ਨੂੰ ਪੜ੍ਹਾ ਕੇ ਚੱਕੀ ਲਓ ਜਦੋਂ ਦਿੱਲੀ ਚ ਕਰਦਾ ਜਿਵੇਂ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਇੰਨੇ ਵਧੀਆ ਬਣਾਤੇ ਕੇਜਰੀਵਾਲ ਨੇ ਇਹ ਪ੍ਰਾਈਵੇਟ ਤੋਂ ਵਧੀਆ ਜਲਟ ਆਉਣ ਲੱਗ ਗਿਆ ਇੱਕ ਤਾਂ ਕਮਾਲ ਹੋ ਗਈ ਨਾ ਹੁਣ ਪ੍ਰਾਈਵੇਟ ਚੌਕਾਂ ਦੇ ਅਫਸਰ ਜਿਹੜੇ ਨੇ ਉਹ ਸਰਕਾਰੀ ਚਲਾਉਣ ਲੱਗ ਗਏ ਉਹਦੇ ਚੌਕਾਂ ਦਿੱਲੀ ਦੇ ਵਿੱਚ ਇੱਕ ਜੱਜ ਦਾ ਜਵਾਕ ਇੱਕ ਡੀਸੀ ਦਾ ਜਵਾਕ ਤੇ ਇੱਕ ਰਿਕਸ਼ੇ ਦਾ ਜਵਾਕ ਇੱਕੋ ਬੈਂਚ ਤੇ ਬਹਿ ਕੇ ਪੜ੍ਹਨ ਲੱਗ ਗਏ ਕੇਜਰੀਵਾਲ ਆਹ ਫਰਕ ਹੈ ਸਰਕਾਰੀ ਸਕੂਲ ਹੈ ਜੇ ਪਏ ਜੇ ਸਕੂਲ ਖਲੀ ਉੱਪਰ ਦਿੱਤੀ ਜਾਂਦੇ ਨੇ 1955 ਦੀਆਂ ਪੈਦਨਾ ਬੜੀਆਂ ਨਾ ਇਹਨਾਂ ਦੇ ਬੈਠਣ ਨੂੰ ਕੋਈ ਬੈਂਚ ਹੈ ਨਾ ਕੋਈ ਪੀਣ ਵਾਲਾ ਪਾਣੀ ਹੈ ਨਾ ਕਿਤਾਬਾਂ ਨੇ ਮੈਂ ਤਾਂ ਬਹੁਤ ਪੈਸੇ ਦਿੱਤੇ ਨੇ ਬੈਂਚ ਸਕੂਲਾਂ ਨੂੰ ਆਪਣੇ ਦਿਲ ਦੇ ਰੋਕਲੇ ਸਕੂਲਾਂ ਤੱਕ ਕਰਕੇ ਰੋਕਲੇ ਕਾਪੀ ਦਰਿਆ ਕਮਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਬਸ ਸੋ ਵੀਰੋ ਇੱਕ ਘਰ ਰੱਖਿਓ 2000 ਥੱਲੇ ਸਾਂਭ ਲਓ ਤੇ ਫੋਨ ਵੀ ਜਾਂ ਕਿਹਨੇ ਲਾਉਣਾ ਹੈ ਇੱਕ ਨਹੀਂ ਰੱਖਦੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਦੁਬਾਰੇ ਬਣਾਉਣਾ ਕਿੱਧਰੇ ਪਾਸੇ ਕਰਾਉਣਾ
ਆਸਾਨ ਹੋ ਤਾਂ ਹਾਂ ਵੀ ਫਿਕਰ ਨਾ ਕਰੋ ਮੈਂ ਕੱਲੇ ਨਹੀਂ ਬਾਣੀ ਪਾਰ ਕੇ ਸਾਰੇ ਕੱਲੇ ਨੂੰ ਸਾਰੇ ਵਾਲੀ ਕਮਾਂਡੀ ਪਾਰ ਕੇ ਆ ਜਾਓ ਮੈਂ ਕਹਿੰਦਾ ਅੱਜ ਉਹ ਡਰੇ ਪਏ ਨੇ ਉਹ ਕੈਪਟਨ ਅਮਰਿੰਦਰ ਕਹੀ ਜਾਂਦਾ ਇੱਥੇ ਆ ਕੇ ਕੇਵਲ ਢਿੱਲੋਂ ਦੇ ਕਾਗਜ਼ ਪੜਾਉਣ ਕਹਿੰਦਾ ਮੈਂ ਜਿੱਥੇ ਫੇਰ ਆਉਣਾ ਪਊ ਇੱਥੇ ਕੋ ਆਤਮਾਨ ਖੜਾ ਉਹ ਮੈਂ ਤੇਰੇ ਨਾਲ ਕੱਲੇ ਨਾਲ ਨਹੀਂ ਸਾਥ ਆ ਸੋਨੀਆ ਗਾਂਧੀ ਨੂੰ ਬੁਲਾਉਣੇ ਪਊ ਇੱਥੇ ਇੱਥੇ ਆਹੁਲ ਗਾਂਧੀ ਕੋਈ ਬੁਲਾ ਪਿਛਲੀ ਵਾਰ ਵੀ ਆਏ ਸੀ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਆਪਦੀ ਅੰਦੇ ਘਰ ਪੜੀ ਜਾਂਦੇ ਆ ਲੈ ਮੈਂ ਤਾਂ ਹੀ ਆ ਗਿਆ ਆ ਕੇ ਪੋਸਟਰ ਕਿੱਥੇ ਆਇਆ ਸੌਂ ਤਾਂ ਸਿੱਧੀ ਕਰ ਇਹ ਆ ਜਾਣਗੇ ਉਹ ਬੱਡੇ ਢੀਂ ਸਿੰਘ ਦੇ ਬੱਡੇ ਬਾਦਲ ਨੂੰ ਕਾਰ ਚੋਂ ਤਾਰਨ ਵਾਸਤੇ ਵੀ ਪੰਜ ਮੈਂਬਰੀ ਕਮੇਟੀ ਬਣਾਉਣੀ ਪੈਂਦੀ ਹੈ ਭੋਲੇ ਤੂੰ ਮੋਢਾ ਤੱਕ ਹੀ ਮੈਂ ਲੱਤ ਖਿੱਚੂ ਇਹ ਲੈ ਆਏ ਜਾਓ ਮੈਂ ਪੈ ਜਾਣਾ ਉਹ ਵੱਡਾ ਬਾਦਲ ਬਸ ਮੈਂ ਸੌਂ ਤਾਂ ਸਮਝ ਗਿਆ ਤੈਨੂੰ ਇਸ ਤੋਂ ਕਿਹਾ ਇੱਕ ਦੀ ਬਾਹ ਫੜੀ ਹੁੰਦੀ ਹੈ ਤੈਨੂੰ ਨੇ ਇੱਕ ਦੀ ਹਾਂ ਕਿਉਂ ਫੜੀ ਤਾਂ ਸਾਹ ਕਰਦਾ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ ਉਹ ਕਹਿੰਦਾ ਸੇਵਾ ਕਰਾਉਣ ਦਾ ਟਾਈਮ ਆ ਬਾਬਾ ਉਹ ਬਸ ਕਰ ਲੈ ਤੇਰੇ ਹੰਦ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ ਹੋ ਜਾ ਰਿਹਾ ਪਿੱਪਲ ਦੇ ਪੱਤਿਆਂ ਵੇ ਕਾਦੀ ਖੜ 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 ਲਾਈ ਹੈ ਪੱਤ ਚੜ ਗਏ ਪੁਰਾਣੇ ਬਾਦਲ ਸਾਹਿਬ ਤਰਤ ਨਵੇਂ ਆ ਗਏ ਨਵੇਂ ਆਪੇ ਪਰ ਦੇਖ ਲੈ ਬੜੇ ਬੜੇ ਕੋਈ ਮੌਕਾ ਅਰੇ ਅਰੇ ਆ ਗਏ ਵਿੱਚ ਇੱਕ ਬਾਦਲ ਤੇ ਹੋ ਰਿਹਾ ਤਾਂ ਮੁਈ ਪੀਰ ਆਇਆ ਸੁੱਕ ਆਇਆ ਕਰੀਆਂ ਨਿਕਲੀਆਂ ਪਈ ਲੋਕੀ ਬਣ ਇੱਕ ਇੱਕ ਰੁਪਏ ਦਾ ਮੈਂ ਹਿਸਾਬ ਦਿੱਤਾ ਹੈ ਪਿੰਡਾਂ 'ਚ ਗ੍ਰਾਂਟਾਂ ਘੱਟ ਵੱਧ ਹੋ ਸਕਦੀਆਂ ਕਈ ਵਾਰੀ ਪੰਚਾਇਤਾਂ ਨੇ ਸਾਨੂੰ ਦੁੱਖ ਕੀਤਾ ਪੰਚਾਇਤਾਂ ਨੇ ਮਤੇ ਨਹੀਂ ਪਾ ਕੇ ਦਿੱਤੇ ਮਤਲਬ ਕਿ ਪੂਰਾ ਤਮਾਨ ਦਾ ਪੈਸਾ ਨਹੀਂ ਕਰ ਦੇਣਾ ਉਹ ਮੇਰਾ ਪੈਸਾ ਥੋੜੀ ਹੈ ਤੁਹਾਡਾ ਪੈਸਾ ਯਾਰ ਛੋਟੇ ਪੈਸਿਆਂ ਦਾ ਖਰਚਾ ਕਿੱਥੋਂ ਸ਼ੁਰੂ ਹੁੰਦਾ ਪਤਾ ਜੋ ਤੜਕੇ ਉੱਠ ਕੇ ਐ ਮਾਰ ਦਿਓ ਸਿੱਖਾਂ ਦੀ ਡੱਬੀ ਦੇ ਖਰਚਾ ਸ਼ੁਰੂ ਸਿੱਖਾਂ ਦੀ ਡੱਬੀ ਦੇ ਜਿਹੜੇ ਲੋਕ ਇੱਧਰ ਜਾਂਦੇ ਹੋ ਤਾਂ ਘਰਾਟਾ ਬੋਲੇ ਹੁੰਦੇ ਹੋ ਉਹਦੇ ਵੀ ਟੈਕਸ ਦੇਣਾ ਹੈ ਉਹੀ ਪੈਸਾ ਜਾਂ ਜਿਹੜਾ ਤੁਹਾਨੂੰ ਦੇਣਾ ਪਹਿਲਾਂ ਸਾਨੂੰ ਦੱਸਿਆ ਜੀ ਨਾ ਨੇ ਬੇਬੀ ਕੋਲੇ ਵੀ ਫੰਡ ਹੁੰਦਾ ਹੁਣ ਪਤਾ ਲੱਗਿਆ ਵੀ ਪਰ ਇੱਕ ਗੱਲ ਹੈ ਨਜ਼ਾਰਾ ਤਾਂ ਇੱਥੇ ਬਹਿ ਕੇ ਲੈਂਦੇ ਹੋਵੇ ਜਦੋਂ ਇੱਥੇ ਦੇਖ ਜਾਓਗੇ ਵੀਡੀਓ ਕਹਿੰਦਾ ਆਪ ਜਿਹੜਾ ਪੇਚਾ ਬਣ ਬੈਠਾ ਉਹ ਗਵਰਨਮੈਂਟ ਨਾਲ ਲੜੀ ਜਾਂਦਾ ਉਹ ਉਹਨਾਂ ਨੂੰ ਜਾਣਾ ਦੱਸ ਦੋ ਤੁਸੀਂ ਦੇਖਦੇ ਹੋਗੇ ਇਹਨਾਂ ਨੂੰ ਵੀ ਕੱਟ ਕਰੋ ਬਾਬੇ ਨੂੰ ਵਿਆਹ ਦੇਖ ਲਓ ਉਹਨੇ ਇੱਕ ਦਿਨ ਪੇਚਾ ਮੇਰੇ ਤਾਂ ਹਾਸੇ ਵਿੱਚ ਕੌਣ ਪੈ ਗਿਆ ਸੀ ਦੇਖਿਓ ਉਹ ਵੀਡੀਓ ਯਾਰ ਪਤਾ ਕੀ ਉੱਥੇ ਰੂਲ ਹੈ ਜੇ ਉਹ ਸਪੀਕਰ ਨੇ ਕਹਿਤਾ ਕਿ ਤੁਸੀਂ ਬੋਲੋ ਕਿਉਂਕਿ ਮੈਂ ਕੌਣ ਹਾਂ ਬਸ ਮੈਂ ਬੋਲਣ ਲੱਗੇ ਧਰਮ ਤੇ ਸਿਆਸਤ ਤੇ ਮੈਂ ਕਹਿਤਾ ਲੱਗਾ ਹੈਗੇ ਨੇ ਕੁਝ ਘਰਾਣੇ ਮੈਂ ਕਿਹਾ ਜਿਹੜੇ ਧਰਮ ਨੂੰ ਆਉਂਦੇ ਸਾਹਮਣੇ ਚਲਾਉਂਦੇ ਨੇ ਚੋਰ ਦੇ ਵਿੱਚ ਪਾ ਲਾਉਂਦਾ ਹੋ ਗਈ ਕੜੀ ਪੂਰੋ ਬੋਲਣ ਲੱਗ ਵਾਹ ਪੈ ਗਿਆ ਮੈਨੂੰ ਮੇਰੇ ਪੈ ਗਿਆ ਸਪੀਕਰ ਕਹਿੰਦਾ ਤੂੰ ਬੋਲ ਮੈਨੂੰ ਹੱਥ ਲੋਕਾਂ ਦੇ ਮਾਣ ਲੱਗ ਕੇ ਕਹਿੰਦੇ ਬਾਈ ਉਹ ਜਦੋਂ ਸੁਖਬੀਰ ਮੇਰੀ ਘੂਰ ਦਾ ਆਉਣਾ ਹੋਇਆ ਜਦੋਂ ਤੁਰੀ ਕੰਮ ਨਹੀਂ ਮਿਲ ਰਿਹਾ ਉੱਤੋਂ ਬਦਨਾਮੀ ਹੱਟ ਇਹਦਾ ਵਿਗੜੀ ਹੋਈ ਵੀਰ ਹੈ ਜੀ ਇਹਦਾ ਹੈਗਾ
Thank you.